ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਮਪ੍ਰਿੰਦਰ ਕੌਰ ਪਹਿਲੇ ਪੇਜ ਦੀਆਂ ਖਬਰਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਤੇ ਗਏ ਬੰਦ ਦੇ ਸੱਦੇ ਦਾ ਸਮਰਥਨ ਕਰੰਤੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ ਰਵੀ ਸ਼ੰਕਰ ਪ੍ਰਸਾਦ ਨੇ ਵਿਰੋਧੀ ਪਾਰਟੀਆਂ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਦੇ ਜਿਹੜੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ 22% ਵਾਧੂ ਚੋਨੇ ਦੀ ਖਰੀਦਾਰੀ ਕੀਤੀ ਜਾ ਚੁੱਕੀ ਹੈ ਪੰਜਾਬs ਵਿੱਚ ਚੋਨੇ ਨਾਲ ਸੰਬੰਧਿਤ ਵੱਖ-ਵੱਖ ਸੂਬਿਆਂ ਦੇ 35 ਲੱਖ ਤੋਂ ਵੱਧ ਕਿਸਾਨਾਂ ਨੂੰ ਘਟੋ-ਘੱਟ ਸਮਰਥਨ ਮੁੱਲ ਤਹਿਤ 65111 ਕਰੋੜ 34 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਕੁਝ ਕੇਸਾਂ ਜਥੇ ਬੰਦੀਆਂ ਵੱਲੋਂ ਅੱਜ ਦੇਸ਼ ਵਿਆਪੀ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ 19 ਸੰਬੰਧੀ ਐਡਵਾਈਜ਼ਰੀ ਜਾਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਤੇ ਨਿਰਦੇਸ਼ ਦਿੱਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਵਿਕਾਸ ਕੌਂਸਲ ਦੀਆਂ ਚੋਣਾਂ ਦੇ ਚੌਥੇ ਗੇੜ ਤੱਕ ਪੰਜਾਬ ਫੀਸਦ VOTING ਦਰਜ ਲੇਖ 140 ਦਿਨਾਂ ਬਾਅਦ ਕਰੋਨਾ ਦੇ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 4 ਲੱਖ ਤੋਂ ਥੇਠਾਂ ਆਈ ਪੰਜਾਬ ਚ ਬੀਤੇ ਦਿਨੀ 886 ਮਰੀਜ਼ਾਂ ਨੂੰ ਕਰੋਨਾ ਦੇ ਲਾਗ ਤੋਂ ਮੁਕਤ ਐਲਾਨਿਆ ਗਿਆ ਬੀਤੇ ਦਿਨ 620 ਨਵੇਂ ਮਾਮਲੇ ਤੇ 19 ਮੌਤਾਂ ਦਰਜ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਦਨ ਨੇ ਕਿਹਾ ਕਿ ਭਾਰਤ ਕੋਵਿਡ-19 ਦੇ ਟੀਕੇ ਦੇ ਵਿਕਾਸ ਵਿੱਚ ਮਹੂਰੀ ਭੂਮਿਕਾ ਨਿਭਾ ਰਿਹਾ ਹੈ ਆਸਟ੍ਰੇਲੀਆ ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਮੌਜੂਦਾ T20 ਲੜੀ ਦਾ ਤੀਜਾ ਤੇ ਆਖਰੀ ਮੈਚ ਅੱਜ ਸਿਡਨੀ ਵਿੱਚ ਖੇਡੇਗੀ। ਲੜੀ 'ਚ ਭਾਰਤ ਪਹਿਲਾਂ ਹੀ 2-0 ਦੀ ਅਜੇਤੂ ਲੀਡ ਹਾਸਲ ਕਰ ਚੁੱਕੀ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ ਸੀਨੀਅਰ ਪਾਜਬਾਗੂ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਗੈਰ ਬੀਜੇਪੀ ਪਾਰਟੀਆਂ ਕੀਤੀ ਕਾਨੂੰਨਾਂ ਵਿਰੁੱਧ ਬੰਦ ਦਾ ਸਮਰਥਨ ਸਿਰਫ ਸਰਕਾਰ ਦੇ ਵਿਰੋਧ ਖਾਤਰ ਹੀ ਕਰ ਰਹੀਆਂ ਨੇ ਕੱਲ ਨਵੀਂ ਦਿੱਲੀ 'ਚ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਉਹ ਕਿਵੇਂ ਆਪਣੀ ਹੋਂਦ ਨੂੰ ਬਚਾਉਣ ਲਈ ਜੀ ਤੋੜ ਕੋਸ਼ਿਸ਼ਾਂ ਕਰ ਰਹੀਆਂ ਨੇ ਨਮੀ ਖੇਤੀ ਕਾਨੂੰਨਾਂ ਤੇ ਕਾਂਗਰਸ ਪਾਰਟੀ ਦੇ ਵਿਰੋਧ ਦਾ ਜ਼ਿਕਰ ਕਰਦੇ ਹਨ ਪਾਜਪਾ ਗੁਨੇ ਕਿ ਕਾਂਗਰਸ ਪਾਰਟੀ ਨੇ ਖੁਦ 2019 ਦੇ ਚੋਣ ਮਨੋਰਥ ਪੱਤਰ ਵਿੱਚ ਖੇਤੀ ਕਾਨੂੰਨਾਂ 'ਚ ਸੋਧ ਦਾ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਸੀ ਉਹਨਾਂ ਕਿ ਕਾਂਗਰਸ ਐਨਸੀਪੀ ਸਮਾਜਵਾਦੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਸਿਰਫ ਸਿਆਸੀ ਲਾਭ ਲੈਣ ਦੀ ਖਾਤਰ ਵਿਰੋਧ ਕਰਨਾ ਉਹਨਾਂ ਦੇ ਦੋਗਲੇਪਨ ਤੇ ਦੋਰੇ ਮਾਪਦੰਡਾ ਨੂੰ ਦਰਸਾਉਂਦਾ ਹੈ ਐਨਸੀਪੀ ਆਗੂ ਸ਼ਰਦ ਪੁਵਾਰ ਤੇ ਹਮਲਾ ਬੋਲਦੇ ਹਨ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ 2005 ਵਿੱਚ ਸ਼ਰਦ ਪੁਵਾਰ ਨੇ ਖੇਤੀ ਕਾਨੂੰਨਾਂ 'ਚ ਸੋਧ ਦੀ ਵਕਾਲਤ ਦੀ ਸੀ ਅਤੇ ਹੁਣ ਸਿਆਸੀ ਤੌਰ ਤੇ ਫਾਇਦਾ ਲੈਣ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਉਨ੍ਹਾਂ ਇਲਜ਼ਾਮ ਲਗਾਏ ਕਿ ਕਿਸਾਨਾਂ 'ਚੇ ਗਲਤ ਸੂਚਨਾ ਫੈਲਾਈ ਜਾ ਰਹੀ ਹੈ ਕਿ ਨਰਿੰਦਰ ਮੋਦੀ ਸਰਕਾਰ ਵੱਡੇ ਕਾਰਪੋਰੇਟ ਕਾਰਨੀਆਂ ਨਾਲ ਠੇਕੇ ਕਰਕੇ ਕਿਸਾਨਾਂ ਨੂੰ ਖਤਮ ਕਰ ਦੇ ਪੀ ਕੀ ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਨੇ ਵੀ ਠੇਕਾ ਖੇਤੀ ਦੀ ਸਿਫਾਰਿਸ਼ ਕੀਤੀ ਸੀ ਇਥੋਂ ਤੱਕ ਕਿ ਕਈ ਸੂਬਾ ਸਰਕਾਰਾਂ ਨੇ ਠੇਕਾ ਖੇਤੀ ਨੂੰ ਲਾਗੂ ਵੀ ਕੀਤਾ ਹੈ ਅਤੇ ਅਜਿਹਾ ਕਰਨ ਵਾਲੇ ਜ਼ਿਆਦਾਤਰ ਸੂਬਿਆਂ 'ਚ ਕਾਂਗਰਸ ਦਾ ਰਾਜ ਹੈ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਠੇਕਾ ਖੇਤੀ ਦੇ ਪ੍ਰਬੰਧਾਂ ਤਹਿਤ ਕਿਸਾਨਾਂ ਦੀ ਜ਼ਮੀਨ नहीं ली जा सकती ना ही बेची या गिरवी रखी जा सकती है उन्होंने कहान ठेका सिर्फ ते सिर्फ जंट की खरीद ले का। आज जो की सरकार ने किया यूपीए की दस साल की सरकार में यही कर रहे थे अपने राज्यों में कर रहे थे बढ़ चढ़कर कर रहे थे लेकिन आज जब इनका राजनीतिक वजूद खत्म हो रहा है ये बार बार चुनाव में हारते हैं लोकसभा के चुनाव में विधानसभा के चुनाव में नगर निगम के चुनाव में तो अपना वजूद अस्तित्व बचाने के लिए किसी भी विरोधी आंदोलन में शामिल हो जाते किसान आंदोलन के नेता ने साफ साफ कहा है कि पॉलिटिकल लीडर्स हमारे मंच पर नहीं आए उनकी इस भावनाओं का हम सम्मान करते हैं लेकिन ये सभी कूद रहे हैं ਦੇਸ਼ជ្រ ਖਰੀਫ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ 22 ਫੀਸਦੀ ਤੋਂ ਜ਼ਿਆਦਾ ਚੂਨੇ ਦੀ ਖਰੀਦਦਾਰੀ ਕੀਤੀ ਜਾ ਚੁੱਕੀ ਹੈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਪਾਲੀ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 6 ਦਸੰਬਰ ਤੱਕ 344 ਲੱਖ 86 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਚੂਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ 282 ਲੱਖ 86 ਹਜ਼ਾਰ ਮੀਟ੍ਰਿਕ ਟਨ ਚੂਨਾ ਖਰੀਦਿਆ ਗਿਆ ਸੀ ਹੁਣ ਤੱਕ ਹੋਈ ਖਰੀਦ ਵਿੱਚੋਂ ਪੰਜਾਬ 'ਚ 3 ਨਵੰਬਰ ਨੂੰ ਖਤਮ ਹੋਈ ਚੋਨੇ ਦੀ ਸਰਕਾਰੀ ਖਰੀਦਕਾਰੀ ਦੌਰਾਨ 202.70 ਹਜ਼ਾਰ ਮੀਟ्रिक टन ਚੋਨਾ ਖਰੀਦਿਆ ਸੀ ਜਿਹੜਾ ਦੇਸ਼ ਵਿੱਚ ਚੋਨੇ ਦੀ ਕੁੱਲ ਖਰੀਦਾਰੀ ਦਾ 58.79% ਹੈ ਚੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਤਹਿਤ 65111 ਕਰੋੜ 34 ਲੱਖ ਰੁਪਏ ਦਾ ਭੁਗਤਾਨ ਵੀ ਚੋਨੇ ਦੀ ਖਰੀਦਾਰੀ ਲਈ ਕੀਤਾ ਗਿਆ ਜਿਸ ਨਾਲ ਤਕਰੀਬਨ 35 ਲੱਖ 3000 ਕਿਸਾਨਾਂ ਨੂੰ ਫਾਇਦਾ ਪੁੱਜਿਆ ਹੈ ਕਈ ਅੰਦੋਲਨਕਾਰੀ ਕਿਸਾਨ ਚੋਥੇਬੰਦੀਆਂ ਵੱਲੋਂ ਅੱਜ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ ਹੈ ਇਸ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ-19 ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ ਮੰਤਰਾਲੇ ਨੇ ਕਿਹਾ ਕਿ ਬੰਦ ਦੌਰਾਨ ਕੋਵਿਡ-19 ਨਾਲ ਜੁੜੇ ਪ੍ਰੋਟੋਕੋਲ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਗ੍ਰਹਿ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਭਾਰਤ ਬੰਦ ਦੌਰਾਨ ਸ਼ਾਂਤੀ ਅਤੇ ਧੀਰਜ ਬਣਾ ਕੇ ਰੱਖਿਆ ਜਾਵੇ ਤੇ ਇਸ ਵਾਸਤੇ ਇਤਿਹਾਤੀ ਕਦਮ ਚੁੱਕੇ ਜਾਣ ਤਾਂ ਜੋ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਂ ਕਟਨਾ ਨਾ ਵਾਪਰੇ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ 9 ਦਸੰਬਰ ਨੂੰ 6ਵੇਂ ਗੇੜ ਦੀ ਗੱਲਬਾਤ ਕੀਤੀ ਜਾਣੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਇੱਕ ਦਿਨ ਪਹਿਲਾਂ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਇਸ ਬੰਦ ਨੂੰ ਕਾਂਗਰਸ ਐਨਸੀਪੀ ਸਮਾਜਵਾਦੀ ਪਾਰਟੀ টিਆਰਐਸ ਅਤੇ ਹੋਰ ਖੱਬੇਪੱਖੀ ਪਾਰਟੀਆਂ ਨੇ ਵੀ ਸਮਰਥਨ ਦੇਂਦੀ ਗੱਲ ਕਹੀ ਹੈ ਜਿੱਥੇ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਐਮਐਸਪੀ ਕਾਇਮ ਰਹਿਣ ਬਾਰੇ ਭਰੋਸਾ ਦਿੱਤਾ ਜਾ ਰਿਹਾ ਤੇ ਮੰਡੀਆਂ ਦੀ ਮਜ਼ਬੂਤੀ ਸਮੇਤ ਕਿਸਾਨਾਂ ਦੇ ਹੋਰ ਕਈ ਤਰ੍ਹਾਂ ਦੇ ਤੋਖਲੇ ਹੱਲ ਕਰਨ ਦੀ ਗੱਲ ਕਹੀ ਜਾ ਰਹੀ ਇਹ ਪਰ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਆਪਣੀ ਮੰਗ ਤੇ ਅੜੀਆਂ ਹੋਈਆਂ ਨੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਕੱਲ ਇੱਕ ਮੁਕਾਬਲੇ ਮਗਰੋਂ ਸ਼ਹਿਰ ਦੇ ਸ਼ਕਰਪੁਰ ਇਲਾਕੇ ਚੋਂ ਪੰਜ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀਸੀਪੀ ਪ੍ਰਮੋਦ ਖੁਸ਼ਵਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹਨਾਂ ਵਿੱਚੋਂ ਦੋ ਪੰਜਾਬ ਅਤੇ ਕਸ਼ਮੀਰ ਨਾਲ ਸਬੰਧਤ ਨੇ। ਉਨ੍ਹਾਂ ਕਿਹਾ ਕਿ ਇਸ ਗ੍ਰਿਫਤਾਰੀ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਨਾਲ ਆਈਐਸਆਈ ਵੱਲੋਂ ਕਸ਼ਮੀਰ ਅਤੇ ਪੰਜਾਬ ਦੀਆਂ ਵੱਖ-ਵੱਖ ਦੀ ਤਾਕਤਾਂ ਨੂੰ ਇਕੱਠੀਆਂ ਕਰਕੇ ਅਤਵਾਦ ਨੂੰ ਹੱਲਾਸ਼ੀਰੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲਿਸ ਨੇ ਸ਼ੱਕੀ ਵਿਅਕਤੀਆਂ પાસે ਤਕਰੀਬਨ 2 ਕਿਲੋ ਹੈਰੋਇਨ, ਹਥਿਆਰ, 1 ਲੱਖ ਰੁਪਏ ਨਕਦ ਤੇ ਹੋਰ ਇਤਰਾਜ਼ ਸਮਗਰੀ ਬਰਾਮਦ ਕੀਤੀ ਹੈ ਦਿੱਲੀ ਪੁਲਿਸ ਨੇ ਆਖਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋਂ ਕਸ਼ਮੀਰੀ ਵਿਅਕਤੀ ਹিজਬੁਲ ਮੁਜਾਹਿਦੀਨ ਦੇ ਕਾਰਕੁਨ ਨੇ ਪੰਜਾਬ ਨਾਲ ਸੰਬੰਧਿਤ ਦੋ ਵਿਕਤੀਆਂ ਬਾਰੇ ਜਾਣਕਾਰੀ ਦਿੰਦੇ ਹਨ ਡੀਸੀਪੀ ਨੇ ਦੱਸਿਆ ਕਿ ਇਹਨਾਂ ਦੀ شناخت ਗੁਰਪ੍ਰੀਤ ਸਿੰਘ ਪੂਰਾ ਤੇ ਸੁਖਦੀਪ ਗੈਂਗਸਟਰ ਵਜੋਂ ਹੋਈ ਹੈ ਇਹਨਾਂ ਦਾ ਸਬੰਧ ਪਾਕਿਸਤਾਨ ਦੀ ਖੂਫੀਏ ਏਜੰਸੀ ਆਈਐਸਆਈ ਨਾਲ ਦੱਸਿਆ ਜਾ ਰਿਹਾ ਹੈ ਡੀਸੀਪੀ ਨੇ ਦੱਸਿਆ ਕਿ ਇਹਨਾਂ ਦੀ ਵਰਤੋਂ ਆਪਸੀ ਪਾਈਚਾਰੇ ਚ ਟਕਰਾਵ ਵਧਾਉਣ ਅਤੇ ਵੱਖਵਾਦੀ ਤਾਕਤਾਂ ਦੇ ਖਿਲਾਫ ਖੜੇ ਲੋਕਾਂ ਦੇ ਮਨੋਬਲ ਹੇਠਾਂ ਸੁਟਣ ਲਈ ਕੀਤਾ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਇਹਨਾਂ ਦੋਨਾਂ ਦੀ ਸ਼ਮੂਲ काबिलियत शौर्य चक्र जेतु बलविंदर सिंह भिखी विंड की हत्या विच भी पाई गई है आज सुबह एक स्पेसिफिक इंफॉर्मेशन पे सुबह अर्ली मॉर्निंग में पांच लोगों को अप्रहेंड किया गया है ये पांच लोगों में से दो पंजाब बेस्ड हैं तीन कश्मीर बेस्ड हैं और इनके पास से तीन पिस्टल्स दो किलो हेरोइन और एक लाख रुपया कैश करी मिला है जो इम्पोर्टेंट चीज़ आई है सामने वो ये कि ये इनकी अरेस्ट बेसिकली एक लिंक है कड़ी है जो कि शो करती है कि किस तरह से आईएसआई एस खालिस्तान को खालिस्तान मूवमेंट जो ये अलगाववाद फैलाना चाहते हैं उसको किस तरह से ये कश्मीर टेररिज्म से लिंक करवा रही है ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਜ਼ਿਲ੍ਹਾ ਵਿਕਾਸ ਕਾਉਂਸਲ ਦੀਆਂ ਚੋਣਾਂ ਦੇ ਚੌਥੇ ਗੇੜ ਤ ਤੱਕਲ ਵੋਟਿੰਗ ਮੁਕੰਮਲ ਹੋ ਗਈ ਹੈ ਇਸ ਗੇੜ ਤ ਪੰਜਾਬ ਫੀਸਦ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਜੰਮੂ ਡਿਵੀਜ਼ਨ ਚ ਵੱਡੀ ਗਿਣਤੀ ਚ ਲੋਕਾਂ ਵੱਲੋਂ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕੀਤੀ ਗਈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਕਮਿਸ਼ਨਰ ਕੇਕੀ ਸ਼ਰਮਾ ਨੇ ਜੰਮੂ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਕਸ਼ਮੀਰ ਵਿੱਚ ਕੁੱਲ 31.95 ਫੀਸਦ ਵੋਟਿੰਗ ਦਰਜ ਕੀਤੀ ਗਈ ਜਦਕਿ ਜੰਮੂ ਚ ਵੋਟ ਪ੍ਰਤੀਸ਼ਤ 69.31 ਦਰਜ ਕੀਤਾ ਗਿਆ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਧਾਰਾ 370 ਹਟਾਈ ਜਾ ਤੋਂ ਬਾਅਦ ਪਹਿਲੀ ਵਾਰ ਹੁਰੀਆਂ ਜ਼ਿਲ੍ਹਾ ਵਿਕਾਸ ਕਾਉਂਸਲ ਦੀਆਂ ਚੋਣਾਂ ਅੱਠ ਗੇੜ ਚ ਕਰਵਾਈਆਂ ਜਾ ਰਹੀਆਂ ਨੇ ਵੋਟਾਂ ਦਾ ਆਖਰੀ ਗੇੜ 19 ਦਸੰਬਰ ਨੂੰ ਹੋਵੇਗਾ ਤੇ ਵੋਟਾਂ ਦੀ ਗਿਣਤੀ 22 ਦਸੰਬਰ ਨੂੰ ਕੀਤੀ ਜਾ ਪੇਗੀ ਦੇਸ਼ਚ 140 ਦਿਨਾਂ ਬਾਅਦ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 4 ਲੱਖ ਤੋਂ ਹੇਠਾਂ ਆ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇੱਕ ਟਵੀਟ ਚ ਕਿਹਾ ਗਿਆ ਕਿ ਪਿਛਲੇ 7 ਦਿਨਾਂ ਦੌਰਾਨ ਦੇਸ਼ ਵਿੱਚ 10 ਲੱਖ ਦੀ ਆਬਾਦੀ ਵਿੱਚ 186 ਮਾਮਲੇ ਦਰਜ ਕੀਤੇ ਜਾ ਰਹੇ ਨੇ ਜਦਕਿ ਕੁਮੰਤਰੀ ਪੱਧਰ ਤੇ ਇਹ ਅੰਕੜਾ 504 ਹੈ। ਇਧਰ ਪੰਜਾਬ ਚ ਬੀਤੇ ਦਿਨੀ ਕਰੋਨਾ ਦੇ 29 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਇਸੇ ਅਰਸੇ ਦੌਰਾਨ 19 ਵਿਅਕਤੀਆਂ ਦੀ ਮੌਤ ਹੋਈ ਹੈ। ਬੀਤੇ ਦਿਨੀ 886 ਮਰੀਜ਼ਾਂ ਨੂੰ ਕਰੋਨਾ ਦੇ ਲਾਗ ਤੋਂ ਮੁਕਤ ਐਲਾਨਿਆ ਗਿਆ। ਕੱਲ੍ਹ ਤੋਂ ਵੱਧ 158 ਵਿਅਕਤੀ ਜਲੰਧਰ ਤੋਂ ਕਰੋਨਾ ਮੁਕਤ ਐਲਾਨੇ ਗਏ ਸੂਬੇ 'ਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 7604 ਰਹਿ ਗਈ ਹੈ ਜਿੱਨਾਂ ਵਿੱਚੋਂ ਬੇਦੀਰੇ ਨਾਜ਼ੁਕ 16 ਮਰੀਜ਼ਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਜਦਕਿ 168 ਮਰੀਜ਼ਾਂ ਨੂੰ ਆਕਸੀਜਨ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਸੂਬੇ 'ਚ ਹੁਣ ਤੱਕ ਇਸ ਮਹਾਂਮਾਰੀ ਨਾਲ 4934 ਮੌਤਾਂ ਹੋ ਚੁੱਕੀਆਂ ਨੇ ਮੁਹਾਲੀ 'ਚ ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 2279 ਬਣੀ ਹੋਈ ਹੈ ਇੱਧਰ ਜਲੰਧਰ 'ਚ ਕਰੋਨਾ ਦੇ 1009 ਲੁਧਿਆਣਾ 899 ਅੰਮ੍ਰਿਤਸਰ 360 ਪਟਿਆਲਾ 459 ਅਤੇ ਬਠਿੰਡਾ ਵਿੱਚ 352 ਮਰੀਜ਼ ਜੀਰੇ ਲਾਜ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਭਾਰਤ ਕੋਵਿਡ-19 ਦੇ ਟੀਕੇ ਦੇ ਵਿਕਾਸ ਵਿੱਚ ਮੂਰੀ ਭੂਮਿਕਾ ਨਿਭਾ ਰਿਹਾ ਹੈ ਭਾਰਤ ਪੁਰਤਗਲ ਸੂਚਨਾ ਟੈਕਨੋਲੋਜੀਜ਼ ਮੇਲਨ 2020 ਨੂੰ ਸੰਬੋਧਨ ਕਰਦੇ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ 'ਚ ਤਕਰੀਬਨ 30 ਟੀਕੇ ਵਿਕਾਸ ਦੇ ਵੱਖ-ਵੱਖ ਗੇੜਾਂ ਵਿੱਚ ਨੇ ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਦੋ ਟੀਕੇ ਵਿਕਾਸ ਦੇ ਆਖਰੀ ਗੇੜ ਵਿੱਚ ਨੇ ਸਿਹਤ ਮੰਤਰੀ ਨੇ ਕਿਹਾ ਕਿ ਦੋਵੇਂ ਹੀ ਟੀਕੇ ਤਜਰਬੇ ਦੇ ਕਲੀਨिकल ਗੇੜ ਵਿੱਚ ਪਹੁੰਚ ਗਏ ਨੇ ਉਹਨਾਂ ਆਖਿਆ ਕਿ ਭਾਰਤੀ ਡਾਕਟਰੀ ਖੋਲ ਕੋਡ ਕਾਉਂਸਲ ਵੀ ਇਹਨਾਂ ਨਤੀਜਿਆਂ ਦੇ ਕਲੀਨਿਕਲ ਟਰਾਇਲ ਵਿੱਚ ਸ਼ਾਮਿਲ ਹੈ ਪਰ ਜੋ ਟੀਕਾ ਬਣਾਉਣ ਵਾਲੀਆਂ ਕਈ ਵੱਡੀਆਂ ਕੰਪਨੀਆਂ ਵੱਲੋਂ ਵੀ ਆਪੋ ਆਪਣੇ ਟੀਕੇ ਅੰਦਰ ਤਜਰਬਾ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਭਾਰਤੀ ਸੀਰਮ ਸੰਸਥਾਨ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਰਮਾਤਾ ਕੰਪਨੀ ਹੈ ਇਸ ਕੰਪਨੀ ਵੱਲੋਂ ਆਕਸਫੋਰਡ ਵੱਲੋਂ ਤਿਆਰ ਕੀਤੇ ਗਏ ਟੀਕੇ ਦਾ ਤਜਰਬਾ ਕੀਤਾ ਜਾ ਰਿਹਾ ਹੈ ਜਾਇਡਸ ਕੈਰੀਲਾ ਵੀ ਦੇਸ਼ ਵਿੱਚ ਤਿਆਰ ਡੀਐਨਏ ਟੀਕੇ ਦੀ ਜਾਂਚ ਕਰ ਰਹੀ ਹੈ ਟੀਕੇ ਦੇ ਦੂਜੇ ਕਿਰਤ ਤਜਰਬੇ ਚੱਲ ਰਿਹਾ ਹੈ ਡਾਕਟਰ ਹਰਸ਼ਵਰਦਨ ਨੇ ਦੱਸਿਆ ਕਿ ਭਾਰਤ ਵਿੱਚ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਡਾਕਟਰ ਰੈਡੀਜ਼ ਲੈਬਾਰਟਰੀਜ਼ ਰੂਸ ਵਿੱਚ بڑے ਟੀਕੇ ਦੇ ਮਨੁੱਖਾਂ ਤੇ ਪਹਿਲੇ ਗੇਟ ਦੇ ਤਜਰਬੇ ਅਤੇ ਮਗ ਨੂੰ ਏਸੀ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਵਿੱਚ ਇਸ ਦੀ ਵੰਡ ਦੇ ਕੰਮ ਨੂੰ ਅੰਜਾਮ ਦਿੱਤੀ ਗਈ ਸਿਹਤ ਮੰਤਰੀ ਨੇ ਇਹ ਦੱਸਿਆ ਕਿ ਪੇਟੈਂਟ ਦੇ ਮਾਮਲੇ 'ਚ ਪਰ ਦੁਨੀਆ ਦੇ 10

Relations between India and Portugal date back to over 500 years when the Portuguese explorer Vasco de Gama had led to a seafaring expedition to Calicut in Kerala in the 15th century. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੁਅਲ ਟੰਗ ਨਾਲ ਕਰਵਾਈ ਜਾ ਰਹੀ ਇੰਡੀਅਨ ਮੋਬਾਈਲ ਕਾਂਗਰਸ ICIM 2024 ਦਾ ਉਦਘਾਟਨੀ ਪਾਠਨ ਦੇਣਗੇ ICIM 2024 ਦੂਰ ਸੰਚਾਰ ਵਿਭਾਗ ਅਤੇ ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸਾਂਝੇ ਤੌਰ ਤੇ ਕਰਵਾਈ ਜਾ ਰਹੀ ਹੈ ਇਸ ਮਾਗਮਦਸ ਦਸੰਬਰ ਤੱਕ ਚੱਲੇਗਾ ICIM 2024 ਦਾ ਮੁੱਖ ਵਿਸ਼ਾ ਹੈ ਮੌਜੂਦਾ ਸਮੇਂ ਦੇ ਨਵੇਂ ਉਪਰਾਲੇ 스마트 ਸੁਰੱਖਿਆ ਤੇ ਨਿਰੰਤਰਤਾ ਇਸ ਦਾ ਮੰਤਵ ਆਤਮ ਨਿਰਭਰ ਭਾਰਤ ਡਿਜੀਟਲ ਇੰਡੀਆ ਦੇ ਲਗਾਤਾਰ ਵਿਕਾਸ ਇਸ ਖੇਤਰ ਚ ਨਵੇਂ ਉਪਰਾਲੇ ਨੂੰ ਹੱਲਾਸ਼ੀਰੀ ਦੇਣ ਦੀ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਅਮਲੀ ਜਾ ਪਹਨੋਣਾ ਹੈ ਇਸ ਦਾ ਮੰਤਵ ਵਿਦੇਸ਼ੀ ਅਤੇ ਸਥਾਨਕ ਪੂੰਜੀਕਰਕ ਨੂੰ ਹੱਲਾਸ਼ੀਰੀ ਦੇਣਾ ਦੂਰ ਸੰਚਾਰ ਅਤੇ ਉੱਭਰੇ ਸੂਚਨਾ ਟੈਕਨੋਲੋਜੀ ਖੇਤਰਾਂ 'ਚ ਖੋਜ ਅਤੇ ਵਿਕਾਸ ਨੂੰ ਪ੍ਰोत्ਸਾਹਿਤ ਕਰਨਾ ਵੀ ਹੈ ਵੀਰਵਾਰ ਤੱਕ ਚੱਲਣ ਵਾਲੇ ਇਸ ਸਮਾਗਮ 'ਚ ਵੱਖ-ਵੱਖ ਮੰਤਰਾਲਿਆਂ ਦੇ ਨੁਮਾਇੰਦੇ ਟੈਲੀਕਾਮ ਕੰਪਨੀਆਂ ਦੇ ਮੁਖ ਕਾਰਜਕਾਰੀ ਅਧਿਕਾਰੀਆਂ ਤੇ ਸਾਈਬਰ ਸੁਰੱਖਿਆ ਨਾਲ ਜੁੜੇ ਵਿਅਕਤੀਆਂ ਤੋਂ ਇਲਾਵਾ ਕੁਮਾਂਤਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਿੱਸਾ ਲੈਣਗੇ ऑस्ट्रेलिया ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਮੌਜੂਦਾ T20 ਲੜੀ ਦੇ ਨਤੀਜੇ ਤੇ ਆਖਰੀ ਮੈਚ ਅੱਜ ਮੇਜ਼ਬਾਨ ਟੀਮ ਦੇ ਖਿਲਾਫ ਸਿਡਨੀ 'ਚ ਖੇਡੇਗੀ ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਹੌਸਲੇ ਕਾਫੀ ਬੁਲੰਦ ਨੇ ਕਿਉਂ ਜੋ ਇਸ ਲੜੀ 'ਚ ਭਾਰਤੀ ਟੀਮ 2-0 ਦੀ ਅਜੇ ਤੂ ਲੀਡ ਹਾਸਲ ਕਰ ਚੁੱਕੀ ਹੈ ਬੀਤੇ ਸ਼ੁੱਕਰਵਾਰ ਨੂੰ ਕੈਨਬਰਾ 'ਚ ਖੇਡੇ ਗੇ ਪਹਿਲੇ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 11 ਤੋੜਨ ਦੇ ਫਰਕ ਨਾਲ ਹਰਾਇਆ ਸੀ ਜਦਕਿ ਬੀਤੇ ਐਤਵਾਰ ਨੂੰ ਸਿਡਨੀ 'ਚ ਖੇਡੇ ਗੇ ਦੂਜੇ T20 ਮੈਚ ਵਿੱਚ ਭਾਰਤ ਨੇ 2 ਗਿੰਦਾ ਬਾਕੀ ਰਹਿਦਿਆਂ 6 ਵਿਕਟਾਂ ਦੇ ਫਰਕ ਨਾਲ ਮੈਚ ਵਿੱਚ ਦਰਜ ਕੀਤੀ ਸੀ ਪਰ ਦੀ ਟੀਮ ਜਿੱਥੇ ਮੈਚ ਜਿੱਤ ਕੇ ਲੜੀ ਤੇ ਇੱਕ ਪਾਸੜ ਕਾਬਜ ਹੋਣ ਦਾ ਯਤਨ ਕਰੇਗੀ ਉਤੇ ਮੇਜ਼ਬਾਨ ਆਸਟ੍ਰੇਲੀਆ ਦੀ ਟੀਮ ਅੱਜ ਦਾ ਮੈਚ ਜਿੱਤ ਕੇ ਆਪਣੀ ਸਾਖ ਬਚਾਉਣੀ ਅੱਡੀ ਚੋਟੀ ਦਾ ਜ਼ੋਰ ਲਾ ਪਈ ਕੀ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਇੱਕ ਵਜੇ 40 ਮਿੰਟ ਤੇ ਸ਼ੁਰੂ ਹੋਵੇਗਾ ਤੇ T20 ਲੜੀ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ 4 ਮੈਚਾਂ ਦੀ ਟੈਸਟ ਲੜੀ ਖੇਡੀ ਜਾਵੇਗੀ ਜਿਸ ਦਾ ਪਹਿਲਾ ਮੈਚ 17 ਦਸੰਬਰ ਨੂੰ ਐਡੀਲੇਡ ਵਿੱਚ ਖੇਡਿਆ ਜਾਪੇਗਾ ਤੇ ਇਸ ਦੇ ਨਾਲ ਹੀ ਖਬਰਾਂ ਦਾ ਬਲੂਟਿਨ ਖਤਮ ਹੈ ਨਮਸਕਾਰ